ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਤਾੜੀ ਮਾਰ ਦਿਓ ਸਾਰੇ ਜਾਣੇ ਆਪਣੇ। ਔਰ ਮੇਰੀ ਸਰਕਾਰ ਦਾ ਮੇਲਾ ਹਜ਼ਰਤ ਪੀਰ ਬਾਬਾ ਚੂਰ ਸ਼ਾਹ ਬਲੀ ਬਾਬਾ ਸਿਕੰਦਰ ਜੀ ਮੇਲਾ ਪ੍ਰਬੰਧਕ ਕਮੇਟੀ ਗੁਰਬਚਨ ਸਿੰਘ ਜੀ ਬਲਦੇਵ ਸਿੰਘ ਜੀ ਕਰਮ ਸਿੰਘ ਜੀ ਡਾਕਟਰ ਰੇਸ਼ਮ ਜੀ ਨਿਸ਼ਾਨ ਸਿੰਘ ਜੀ ਮੰਗਲ ਜੀ ਪ੍ਰਦੀਪ ਸਿੰਘ ਜੀ ਸੁਭਾਸ਼ ਚੰਦਰ ਜੀ ਪ੍ਰਿੰਸ ਭਾਜੀ ਗੁਰਬੰਤ ਜੀ ਸਵਰਨ ਜੀ ਹਰਦਿਆਲ ਜੀ। ਗੱਲ ਇਹ ਹੈ ਜੀ ਕਿ ਮੈਂ ਕੋਈ ਕਲਾਕਾਰ ਬਣ ਕੇ ਨਹੀਂ ਆਇਆ, ਇਹ ਮੇਰਾ ਛੋਟਾ ਵੀਰ ਹੈ ਜੀ ਨਿਸ਼ਾਨ, ਜਿਹੜਾ ਪਿਛਲੇ 7-8 ਸਾਲਾਂ ਤੋਂ ਮੇਰੇ ਨਾਲ ਕੰਮ ਵੀ ਕਰ ਰਿਹਾ ਔਰ ਸਾਨੂੰ ਪਿਆਰ ਵੀ ਕਰਦਾ ਸਤਿਕਾਰ ਵੀ ਕਰਦਾ। ਔਰ ਜਿੱਥੇ ਪਿਆਰ ਹੁੰਦਾ ਬੰਦਾ ਕਲਾਕਾਰ ਨਹੀਂ ਬਣ ਗਿਆ, ਤੁਸੀਂ ਭਰਾ ਕਲਾਕਾਰ ਤੁਸੀਂ ਮੇਰੇ ਤੋਂ ਪਹਿਲਾਂ ਗਾ ਗਿਆ ਸਾਰੇ, ਜੂੜ ਜੋੜੀਆਂ ਸਿੰਗਲ ਜੋੜੀਆਂ ਸਭ ਗਾ ਕੇ ਗਏ ਨੇ। ਇੱਕ ਵਾਰੀ ਉਹਨਾਂ ਲਈ ਤਾੜੀ ਮਾਰ ਦਿਓ। ਮੈਂ ਤੇ ਘਰ ਦੇ ਵਿੱਚ ਆਇਆ ਸਿੰਪਲ ਤਰੀਕੇ ਨਾਲ ਆਇਆ ਕਿ ਤੁਹਾਡਾ ਸਭ ਦਾ ਪਿਆਰ ਲੈ ਕੇ ਜਾਵਾਂ। ਮੈਂ ਆਪਣੇ ਗਾਣਿਆਂ ਨਾਲ ਕੁਛ ਧਾਰਮਿਕ ਕੁਛ ਸੂਫੀ, ਇਹ ਗੱਲ ਯਾਦ ਰੱਖਿਓ ਕਿ ਕਈ ਕਲਾਕਾਰ ਹੁੰਦੇ ਆ ਬਾਬੇ ਦੇ ਮੇਲੇ ਤੇ ਯਾਦ ਆ ਜਾਂਦੇ ਆ, ਬਾਬੇ ਨੂੰ ਯਾਦ ਵੀ ਨਹੀਂ ਕਰਦੇ, ਆਪਣਾ ਹੀ ਘੋੜਾ ਭਰਾ ਜਾਂਦੇ। ਪਰ ਉਹ ਰੱਬ ਨੂੰ ਤਾਂ ਪਤਾ ਜਿਹਦੇ ਨਾਂ ਤੇ ਮੇਲਾ ਕਰਾਉਣ ਲੱਗੇ ਵੀ ਸਾਡੇ ਨਾਂ ਦਾ ਕੁਛ ਗਾਇਆ ਹੀ ਨਹੀਂ, ਇਸ ਕਰਕੇ ਸਭ ਤੋਂ ਪਹਿਲਾਂ ਉਹਦਾ ਨਾਂ ਲੈਣਾ ਜ਼ਰੂਰੀ, ਉਸ ਤੋਂ ਬਾਅਦ ਬੇਸ਼ੱਕ ਕੁਛ ਮਰ ਕੇ ਸੁਣੀ ਜਾਓ। ਸੋ ਮੈਂ ਆਪਣੀ ਸ਼ਰ੍ਹਾਂ ਦੇ ਮੁਤਾਬਕ ਹਜ਼ਰਤ ਚੂਰ ਸ਼ਾਹ ਬਲੀ ਦੇ ਦਰਬਾਰ ਤੇ ਆਏ ਤੇ ਮੈਂ ਚਾਹੂੰਗਾ ਦੋ ਸ਼ਬਦ ਉਹਨਾਂ ਦੇ ਨਾਂ ਦੇ ਬੋਲੂੰਗਾ, ਉਸ ਤੋਂ ਬਾਅਦ ਆਪਣੇ ਗਾਣਿਆਂ ਨੂੰ ਹਾਜ਼ਰੀ ਲਗਵਾਊਂਗਾ। ਜਿੰਨਾ ਸਮਾਂ ਤੁਸੀਂ ਕਹੋਗੇ ਮੈਂ ਉਹਨਾਂ ਸਮਾਂ ਲਾ ਕੇ ਜਾਊਂਗਾ। ਸੋ ਸਾਰੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਕਿ ਤੁਹਾਡੇ ਵਰਗੇ ਰੱਬ ਲੋਕਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸੋ ਇੱਕ ਵਾਰੀ ਤਾੜੀ ਮਾਰ ਕੇ ਜਾਣ ਦੇ ਦਿਓ ਸਾਰੇ। ਥੈਂਕ ਯੂ। ਕਿਹੜੇ ਲੋਕ ਸਤਿਗੁਰ ਦੇ ਦਿੱਤੇ ਹੋਏ ਉਸ ਬਾਣੀ ਨੂੰ ਪਿਆਰ ਕਰਦੇ, ਹੱਥੋਂ ਪਰ ਕਰਕੇ ਦੱਸੋ ਮਾੜਾ ਜੀ। ਔਰ ਸ਼੍ਰੀ ਨਨਕਾਣਾ ਸਾਹਿਬ ਨੂੰ ਕਿਹੜੇ ਕਿਹੜੇ ਲੋਕ ਪਿਆਰ ਕਰਦੇ ਨੇ ਉਹ ਵੀ ਇੱਕ ਵਾਰੀ ਤਾਂ ਜ਼ਰੂਰ ਦੱਸ ਦਿਓ। ਕੋਈ ਮੇਰੇ ਵਰਗਾ ਇੱਕ ਦਿਨ ਰਾਤ ਨੂੰ ਸੋਚਦਾ ਕਿ ਮੈਂ ਕਿਉਂ ਨਾ ਸਤਿਗੁਰ ਦੇ ਦਰਸ਼ਨ ਕਰਨ ਜਾਵਾਂ, ਘਰੋਂ ਚੱਲ ਪੈਂਦਾ ਕੋਈ ਕੁਛ ਹੇੜੀ ਕਰ ਦਿੰਦਾ ਕਿ ਤੂੰ ਐਂ ਕਰਾ ਲੈਣ ਪਕੜ ਲਾ ਸਿੱਧੀ ਅਟਾਰੀ ਬਾਰਡਰ ਕੱਲੀ, ਇੱਧਰ ਨੂੰ ਜਾਏਗਾ ਅੱਗੇ ਸਤਿਗੁਰ ਦਾ ਘਰ। ਔਰ ਜਿਹੜੇ ਲੋਕ ਸੱਚੇ ਦਿਲੋਂ ਪਿਆਰ ਕਰਦੇ ਨੇ ਉਹਨਾਂ ਨੂੰ ਡਰ ਨਹੀਂ ਲੱਗਦਾ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਬਾਰਡਰ ਕਿੱਥੇ, ਉਹ ਚੱਲ ਪੈਂਦੇ ਆ। ਜਿਸ ਵਕਤ ਉਹ ਬਾਰਡਰ ਤੇ ਪਹੁੰਚਦਾ ਉਹਨੂੰ ਵਾਪਸ ਮੋੜ ਦਿੰਦਾ ਕਿ ਪਹਿਲਾਂ ਪਾਸਪੋਰਟ ਤੇ ਮੋਹਰ ਲਵਾ ਕੇ ਲਿਆ, ਉਹ ਕਹਿੰਦਾ ਮੈਂ ਮੋਹਰ ਵਾਲਾ ਨਹੀਂ, ਮੈਂ ਤੇ ਮੇਰੇ ਸਤਿਗੁਰ ਨੂੰ ਪਿਆਰ ਕਰਨ ਵਾਲਾ, ਮੈਂ ਆਪਣੇ ਸਤਿਗੁਰ ਨੂੰ ਦੇਖਣ ਜਾਣਾ, ਉਹਦੀ ਚਰਨਾਂ ਦੀ ਮਿੱਟੀ ਆਪਣੇ ਮੱਥੇ ਨਾਲ ਲਾ ਕੇ ਆਉਣਾ। ਕਹਿੰਦੇ ਨਹੀਂ ਜੀ, ਇਹ ਸਰਕਾਰਾਂ ਦੇ ਹੁਕਮ ਨੇ ਕਿ ਕੋਈ ਵੀ ਬੰਦਾ ਪਾਸਪੋਰਟ ਤੋਂ ਬਗੈਰ ਸਤਿਗੁਰ ਨਨਕਾਣਾ ਸਾਹਿਬ ਨਹੀਂ ਜਾ ਸਕਦਾ। ਉਹ ਆਖਿਆ ਹੋਇਆ ਬੰਦਾ ਕੀ ਕਹਿੰਦਾ, ਅੱਖਾਂ ਦੇ ਵਿੱਚ ਅੱਥਰੂ ਲੈ ਕੇ, ਪਰ ਪਿੱਛੇ ਖੜ ਕੇ ਤਾਨਾ ਮਾਰਦਾ ਗੌਰ ਫਰਮਾਇਓ ਕੀ ਕਹਿੰਦਾ। ਜਿੰਨੀਆਂ ਮਰਜ਼ੀ ਵੋਟਾਂ ਪਾ ਲਓ, ਕੁਛ ਕੁ ਬੰਦੇ ਚੁਣਿੰਦਾ ਹੁੰਦੇ ਪਿਆਰ ਕਰਨ ਵਾਲੇ ਜਿਹੜੇ ਤੁਹਾਡੇ ਲਈ ਖੜ ਜਾਣ, ਪਰ ਕੁਛ ਕੁ ਆਪਣੇ ਬੰਦੇ ਲਈ ਹੁੰਦੇ, ਉਹਨੂੰ ਵੀ ਪਤਾ ਕਿ ਕਿਹੜੇ ਲੋਕ ਪਿਆਰ ਕਰਦੇ ਕਿਹੜੇ ਲੋਕ ਨਹੀਂ। ਜੇ ਗੱਲ ਚੰਗੀ ਲੱਗੀ ਤਾਂ ਤਾੜੀ ਮਾਰਿਓ, ਜੇ ਨਾ ਚੰਗੀ ਲੱਗੀ ਪਹਿਲਾਂ ਦੋਨੋਂ ਨੂੰ ਸੁਣ ਲਓ। ਸਿੱਖ ਪੰਥ ਨੂੰ ਚਾਰੇ ਪਾਸੇ ਚੋਟਾਂ ਲੱਗੀਆਂ, ਫਿਰ ਵੀ ਦਾਗ ਲੱਗਣ ਨਹੀਂ ਦੇਣਾ। ਕਹਿੰਦਾ ਸੀ ਗੁਰੂ ਦੇ ਸਿੱਖਾਂ, ਜਦੋਂ ਸਾਡਾ ਏਕਾ ਹੋ ਗਿਆ ਫਿਰ ਕੀ ਕਰ ਸਕਦੇ, ਸਾਨੂੰ ਜਾਣ ਦੇ ਦਿਓ, ਸਾਡੇ ਸਤਿਗੁਰ ਦੇ ਦਰਸ਼ਨ ਕਰਨ ਦੇ ਦਿਓ, ਅਸੀਂ ਹੋਰ ਕੁਛ ਨਹੀਂ ਮੰਗਦੇ। ਧਰਮ ਦੀ ਆੜ ਚ ਲੀਡਰ ਸਾਡੇ ਕਰਦੇ ਠੱਗੀਆਂ, ਆ ਸਿੱਖ ਪੰਥ ਨੂੰ ਚਾਰੇ ਪਾਸੇ ਚੋਟਾਂ ਲੱਗੀਆਂ, ਫਿਰ ਵੀ ਦਾਗ ਲੱਗਣ ਨਹੀਂ ਦੇਣਾ। ਆ ਕੇਸਰੀ ਮਾਰੇ ਜਦ ਵੀ ਏਕਾ ਹੋ ਗਿਆ
ਗੁਰਦੇ ਚਰਨਾਂ ਜ਼ਰੂਰ ਦੱਸਿਓ